ਵੀ ਤੇ ਕੋਈ ਸਾਧੂ ਸੰਤ ਰਹਿੰਦਾ ਸੀ ਉਹ ਤੇ ਇਹਦਾ श्राप ਦੇ ਕੇ ਚੇਹਲਾ ਲੋ ਵੀ ਕਿਵੇਂ ਹੋ ਸਕਦੀ ਵੀ ਨਾ ਜੀ ਮੁੜ ਕੇ ਉਹਨੇ ਬਾਤ ਇੰਨੀ ਗੱਲ ਕਹੀ ਐ ਮੈਂ ਤਾਂ ਚਲੇ ਜਾਣਾ ਵੀ ਚਵਾਰਾ ਪਾ ਕੇ ਲੱਤ ਨਸੜ ਕੇ ਤੁਸੀਂ ਵੀ ਨਹੀਂ ਇੱਥੇ ਸੋਵੋ ਪ੍ਰਕਾਸ਼ ਦਾ ਮਹਾਰਾਜ ਦੇ ਦਾ ਖੰਡਾਪੜਾ ਦਾ ਕਰਾਉਂਦੇ ਹੀ ਅਗਲਾ ਪਰ ਇਹ ਚੀਜ਼ ਦਾ ਨਹੀਂ ਅਜੇ ਤੱਕ ਪਤਾ ਲੱਗਿਆ ਹੈਗਾ ਵੀ ਕਾਰਨ ਕੀ ਹੈ ਕੋਸ਼ਿਸ਼ ਵੀ ਕਿਸੇ ਨੇ ਉਦੋਂ ਬਾਅਦ ਕੀਤੀ ਨਹੀਂ 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 ਜਿਹੜਿਆਂ ਨੇ ਕਰੀ ਹੋਈ ਸੀ ਉਹ ਵੀ ਸਮਟਾਤਾ ਅਬ ਵੀ ਅਗਲਾ ਇਹ ਕਹਿੰਦਾ ਵੀ ਆਪਾਂ ਹੇਟਾਂ ਬੇਸ਼ੱਕ ਪਾ ਲਈਏ ਪਰ ਉੱਤੇ ਨਹੀਂ ਪਾਉਂਗਾ ਜਵਾਰਾ ਨਹੀਂ ਪਾਉਂਗਾ ਵਾਰੀ 8 ਫੁੱਟ ਕੰਧ ਚੱਕਤੀ ਨਹੀਂ ਇਸਤਰੀਆਂ ਨੇ ਜੀ ਉਦੋਂ ਬਾਅਦ ਇਸ ਮਿੱਟ ਦੀ ਜਣਾਈ ਦੇ ਵਿੱਚ ਇਹ ਕੰਧ ਕਰੀ ਆ ਜੀ ਉਦੋਂ ਬਾਅਦ ਇੰਨਾ ਸੁਕਰ ਕਰੋ ਸਾਡੇ ਮਿਸਤਰੀ ਬੱਥ ਗਏ ਉਦੋਂ ਬਾਅਦ ਫੇਰ ਦੁਬਾਰਾ ਗਿਰਜੀ ਜੀ ਅਠਾਣੇਦਾਰ ਖਾਣੇਦਾਰ ਤੇ ਸੱਜਣ ਸੂ ਅਰ ਉਹਦੀ ਵੀ ਮੌਤ ਹੋ ਗਈ ਪਹਿਲਾਂ ਉਹਦੇ ਦੋ ਮੁੰਡੇ ਮਰੇ ਤੇ ਬਾਅਦ ਦੇ ਵਿੱਚ ਉਹ ਵੀ ਮਰ ਗਏ ਨੇ ਵੀ ਚਵਾਰਾ ਪਾਉਣ ਦੀ ਕੋਸ਼ਿਸ਼ ਕੀਤੀ ਪਾ ਲਿਆ ਸੀ ਕਿਸੇ ਨੇ ਕੋਈ ਅੜੀ ਵੀ ਕੀਤੀ ਹੈ ਕਿ ਮੈਂ ਚਵਾਰਾ ਪਾਉਂਗਾ ਕਿਸੇ ਨੇ ਅੜੀ ਕਰਕੇ ਐ ਪਾਇਆ ਹੋਵੇ ਨਾ ਐ ਨਹੀਂ ਕਿਸੇ ਨੇ ਉਹ ਕਰਿਆ ਜਣੀ ਆਪਦੇ ਖੁਸ਼ ਲੱਭਤੀ ਤੇ ਹੀ ਬੰਦਾ ਅਗਲਾ ਕਰਦਾ ਸੀ ਆ ਵੀ ਆਪਾਂ ਚਵਾਰਾ ਪਾਉਣਾ ਹੈ ਜਦੋਂ ਚਵਾਰਾ ਨੇ ਪਾਉਣ ਦੀ ਤਿਆਰੀ ਕਰਨੀ ਹੈ ਉਹਦਾ ਕੋਈ ਨਾ ਕੋਈ ਬਿਲਕੁਲ ਨੁਕਸਾਨ ਕਾ ਨੁਕਸਾਨ ਹੋ ਜਾਂਦਾ ਹੈ ਜਦ ਤੱਕ ਕਿਸੇ ਦੀ ਮੌਤ ਹੁੰਦੀ ਹੈ ਹੋਰ ਹਾਂ ਮੌਤੇ ਹੁੰਦੀ ਹੈ ਜੀ ਜਿਹੜਾ ਆਪ ਦਾ ਪਿੰਡ ਦਾ ਮੁਖੀ ਲਾਲਾ ਪਿੰਡ ਦਾ ਉਹ ਕਰਦਾ ਵਾ ਮੁਖੀ ਹੁੰਦਾ ਜਿਹੜਾ ਇਹ ਉਹਦੀ ਹੁਣੀ ਆ ਕਿਸੇ ਜਵਾਕ ਦੀ ਹੁਣੀ ਆ ਬਸ ਉਹ ਮੌਤ ਜ਼ਰੂਰ ਹੁੰਦੀ ਹੈ ਸਸੀਗਾਲ ਤੁਸੀਂ ਦੇਖ ਰਹੇ ਹੋ ਸਰਖਾਪ ਟੀਵੀ ਅੱਜ ਕੈਸੇ ਪਿੰਡ ਤੁਹਾਨੂੰ ਲੈ ਕੇ ਆਇਆ ਜਿਸ ਪਿੰਡ ਦੇ ਵਿੱਚ ਕੋਈ ਵੀ ਚਵਾਰਾ ਨਹੀਂ ਪੈਂਦਾ ਜੇਕਰ ਕੋਈ ਚਵਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਘਰ ਦਾ ਨੁਕਸਾਨ ਹੋ ਜਾਂਦਾ ਹੈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ ਤੇ ਘਰ ਦਾ ਕੋਈ ਵੀ ਮੁਖੀ ਹੁੰਦਾ ਜਿਹੜਾ ਵੀ ਘਰ ਦਾ ਮੁਖੀ ਹੁੰਦਾ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਇਹ ਪਿੰਡ ਸਰਾਜਪੁਰ ਹੈ ਜਿਸ ਦੀ ਤਹਿਸੀਲ ਨਾਬਾ ਪੈਂਦੀ ਹੈ ਤੇ ਜ਼ਿਲ੍ਹਾ ਪਟਿਆਲਾ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਰਹੱਸ ਹੈ ਸਾਰਾ ਜੋ ਪਿੰਡ ਦੇ ਅੰਦਰ ਚਬਾਰਾ ਨਹੀਂ ਪੈਂਦਾ ਤੇ ਨੁਕਸਾਨ ਹੋ ਜਾਂਦਾ ਹੈ। ਕਾਫੀ ਗੱਲਾਂ ਵੀ ਸੁਣੀਆਂ ਸੀ ਇਸ ਪਿੰਡ ਦੀਆਂ ਅੱਜ ਇਸ ਪਿੰਡ ਦੀ ਹਕੀਕਤ ਜਾਣਾਂਗੇ। ਦੇਖਦੇ ਹਾਂ ਕਿ ਕੀ ਕਹਿੰਦੇ ਨੇ ਪਿੰਡ ਦੇ ਲੋਕ ਤੇ ਕੀ ਹੈ ਇਸ ਦੇ ਪਿੱਛੇ ਦਾ ਇਤਿਹਾਸ। ਸਾਡੇ ਨਾਲ ਇੱਕ ਮਾਤਾ ਜੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿਉਂਕਿ ਜਦੋਂ ਉਹ ਵੀ ਆਪਣੇ ਘਰ ਦੇ ਚਬਾਰੇ ਦੀ ਛੱਤ ਜਾਂ ਕਮਿਊਨਿਟੀ ਬਣਾਈ ਸੀ ਉਹਦੀ ਛੱਤ ਪਾਉਣ ਦੀ ਕੋਸ਼ਿਸ਼ ਕਰਦੇ ਸੀ ਤਾਂ ਉਹ ਛੱਤ ਵਾਰ-ਵਾਰ ਡਿੱਗ ਜਾਂਦੀ ਸੀ ਤੇ ਫਿਰ ਉਹਨਾਂ ਨੇ ਕਿਵੇਂ ਇਹ ਸਾਰਾ ਪਤਾ ਕੀਤਾ ਕਿ ਇਸ ਦਾ ਪਿੱਛੇ ਦਾ ਕਾਰਨ ਕੀ ਹੈ ਉਹਨਾਂ ਨਾਲ ਗੱਲਬਾਤ ਕਰ ਲੈਣਾ ਮਾਤਾ ਜੀ ਜਿੱਥੇ ਇਹ ਕੰਧ ਜਿਹੜੀ ਬਣੀ ਹੋਈ ਹੈ ਹਾਂਜੀ ਹਾਂਜੀ ਇਹ ਦੱਸੋ ਕਿ ਕਿਵੇਂ ਦੋ ਵਾਰ ਡਿੱਗੀ ਤੇ ਫਿਰ ਇਹਦਾ ਹੱਲ ਕਿਵੇਂ ਪਹਿਲੀ ਵਾਰ 8 ਫੁੱਟ ਕੰਧ ਚੱਕਤੀ ਮਿਸਤਰੀਆਂ ਨੇ ਜੀ ਉਦੋਂ ਬਾਅਦ ਇਸ ਮਿੰਟ ਦੀ ਜਣਾਈ ਦੇ ਵਿੱਚ ਇਹ ਕੰਧ ਕਰੀ ਆ ਜੀ ਉਦੋਂ ਬਾਅਦ ਐਨਾ ਸ਼ੁਕਰ ਕਰੋ ਸਾਡੇ ਮਿਸਤਰੀ ਬਚ ਗਏ ਉਦੋਂ ਬਾਅਦ ਫਿਰ ਦੁਬਾਰਾ ਗਿਰ ਗਈ ਜੀ ਫਿਰ ਅਸੀਂ ਮਹਾਪੁੱਤਾਂ ਤੋਂ ਕਿੰਨੀ ਵਾਰ ਡਿੱਗੀ ਇਹ ਕੰਧ ਦੋ ਵਾਰ ਗਿੱਗੀ ਜੀ ਇਹ ਫਿਰ ਸਾਡੇ ਬੜੇ ਬਾਬਾ ਜੀ ਤੇ ਮਹਾਪੁਰਸ਼ ਨੇ ਜੀ ਉਹਨਾਂ ਨੇ ਆਪਣੀ ਉਹੋ ਕਰੀ ਬੇਨਤੀ ਕਰੀ ਜੀ ਉਹ ਕਹਿੰਦੇ ਫਿਰ ਉਹਨਾਂ ਨੇ ਸਾਨੂੰ ਪ੍ਰਸ਼ਾਦ ਦਿੱਤਾ ਜੀ ਵੀ ਹੁਣ ਕੰਧ ਗਿਰ ਗਈ ਦਵਾਰੋਂ ਕੰਧ ਵੀ ਇਹ ਗਿਰਦੀ ਨਹੀਂ ਹੈਗੀ ਸਾਡੇ ਤਾਂ ਜੀ ਉਹ ਕਿਸੇ ਵੀ ਚਵਾਰਾ ਨਹੀਂ ਪੈਂਦਾ ਤੇ ਮਾਤਾ ਜੀ ਇਹ ਕਹਿੰਦੇ ਵੀ ਹੈ ਕਿ ਇੱਕ ਸਾਧ ਦਾ ਸ਼ਰਾਪ ਲੱਗੇ ਹੋਇਆ ਪਤਾ ਨਹੀਂ ਜੀ ਐ ਤਾਂ ਮੈਨੂੰ ਪਤਾ ਨਹੀਂ ਹੈਗਾ ਜੀ ਠੀਕ ਹੈ ਮਾਤਾ ਜੀ ਇਸ ਵਕਤ ਸਾਡੇ ਨਾਲ ਪਿੰਡ ਦੇ ਕੁਝ ਨਿਵਾਸੀ ਮੌਜੂਦ ਨੇ ਪਿੰਡ ਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਪਿੰਡ ਦਾ ਕੀ ਰਹੱਸ ਹੈ ਕਿ ਇੱਥੇ ਕੋਈ ਵੀ ਚਵਾਰਾ ਨਹੀਂ ਪਾਉਂਦਾ ਅਸੀਂ ਪਿੰਡ ਦੀ ਜਾਣਕਾਰੀ ਹਾਸਲ ਕੀਤੀ ਤਾਂ ਉੱਥੋਂ ਇਹ ਪਤਾ ਲੱਗਿਆ ਕਿ ਜੋ ਵੀ ਇਸ ਪਿੰਡ 'ਚ ਚਵਾਰਾ ਪਾਉਂਦਾ ਜਾਂ ਤਾਂ ਉਸ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ ਜਾਂ ਉਸ ਦੇ ਪਰਿਵਾਰ ਦੀ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸਾਡੇ ਨਾਲ ਇਸ ਵਕਤ ਇੱਕ ਬਜ਼ੁਰਗ ਬੈਠੇ ਜਿਨ੍ਹਾਂ ਦਾ ਨਾਮ ਜਾਗਰ ਸਿੰਘ ਹੈ ਉਮਰ ਉਹਨਾਂ ਦੀ 80 ਸਾਲ ਹੈ ਤੇ 80 ਸਾਲ ਹੀ ਉਹਨਾਂ ਨੂੰ ਇਹ ਪਿੰਡ 'ਚ ਰਹਿੰਦੇ ਨੂੰ ਹੋਗੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਦਾ ਪਿੱਛੇ ਦਾ ਕਾਰਨ ਕੀ ਹੈ? ਕੀ ਕੀ ਨੁਕਸਾਨ ਹੋਇਆ ਹੁਣ ਤੱਕ ਤੇ ਕਿੰਨਾ-ਕਿੰਨਾ ਨੇ ਚਬਾਰਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਕੀ ਉਹਨਾਂ ਨਾਲ ਵਾਪਰਿਆ? ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜਾਗਰ ਸਿੰਘ ਜੀ। ਪਹਿਲਾਂ ਇਹ ਦੱਸੋ ਕਿ ਇਹ ਪਿੰਡ ਦਾ ਕੀ ਇਤਿਹਾਸ ਹੈ? ਇੱਥੇ ਚਬਾਰਾ ਕੋਈ ਕਿਉਂ ਨਹੀਂ ਪਾ ਸਕਦਾ? ਇੱਥੇ ਜੀ ਅਸੀਂ ਇੱਕ ਜਿਹੜਾ ਸਾਡੇ ਰਮਤਾ ਸਾਤੂ ਸਾਧੂ ਸੰਤ ਆਉਂਦੇ ਹੁੰਦੇ ਸੀ। ਮੰਗਦੇ ਹੁੰਦੇ ਵਿਚਾਰੇ। ਉਹਦੀ 110 ਸਾਲ ਦੀ ਉਮਰ ਸੀ। ਉਹ ਤੁ ਨੂੰ ਅਸੀਂ ਅੱਜ ਤੋਂ 30 35 ਸਾਲ ਪਹਿਲਾਂ ਅੱਗੇ ਜਿਹੜਾ ਆਪਣੇ ਪਿੰਡ ਦਾ ਦਰਵਾਜਾ ਹੁੰਦਾ ਉਹ ਦਰਵਾਜੇ ਦੇ ਵਿੱਚ ਰਾਤ ਵੀ ਕੱਟਦਾ ਹੁੰਦਾ। ਰਾਤ ਕੱਟਦਾ ਹੁੰਦਾ ਜਦੋਂ ਉਹ ਉਹ ਤੁ ਨੂੰ ਦੇਲਾ ਅਸੀਂ ਨੇ ਪੁੱਛਣ ਲਾ ਜਣਾ ਬੰਦੇ ਹੋਰ ਪਿੰਡ ਦੇ ਇਕੱਠੇ ਹੋ ਕੇ ਬਹਿ ਜਾਂਦੇ। ਵੀ ਬਾਬਾ ਜੀ ਤੁ ਨੂੰ ਪਤਾ ਹੋਊਗਾ ਵੀ ਸਾਡੇ ਇਹ ਪਿੰਡ ਦੇ ਵਿੱਚ ਕੀ ਕਾਰਨ ਹੈ ਵੀ ਸਾਡੇ 12 ਵਾ ਕਿਉਂ ਨਹੀਂ ਪੈਂਦਾ। ਉਹ ਫਿਰ ਜਿਹੜਾ ਉਹ ਸੰਤ ਸੀ ਫੇਰੀ ਪਉਂਦਾ ਪਿੰਡ 'ਚ ਫਿਰਦਾ ਹੁੰਦਾ ਉਹ ਕਹਿੰਦਾ ਵੀ ਛੋਡੇ ਇੱਕ ਪਿੰਡ ਦੇ ਵਿੱਚ ਜਣੀ ਸੁਣਿਆ ਦੇਖਿਆ ਤਾਂ ਮੈਂ ਵੀ ਨਹੀਂ ਮੈਂ ਵੀ ਕਹਿੰਦਾ ਸੁਣਿਆ ਵੀ ਇੱਥੇ ਬਹੁਤ ਸਾਲ ਦੀ ਪੁਰਾਣੀ ਗੱਲ ਐ ਵੀ ਇੱਕ ਸੰਤ ਰਹਿੰਦੇ ਤੇ ਉਹਨਾਂ ਦੀ ਕੁਟੀਆਂ ਪਾਈ ਹੋਈ ਸੀ ਅੱਗੇ ਲੋਕ ਬਣੇ ਲਿਖੇ ਘਟਸੇ ਸੂਝ-ਬੂਝੇ ਨਿਥੀ-ਨੀਤੀ ਸਿਆਣਿਆਂ ਨੂੰ ਵੀ ਲਾਲਾ ਅੱਜ ਤਾਂ ਦੁਨੀਆ ਪੜੀ ਲਿਖੀ ਐ ਉਹ ਕਹਿਣ ਲੱਗਿਆ ਵੀ ਬਾਬੇ ਜਿਹੜੇ ਉਹ ਤੁਹਾਨੂੰ ਸੰਤਾਂ ਨੂੰ ਜਿਹੜੇ ਰਹਿੰਦੇ ਤੇ ਕੁਟਿਆਲੇ ਨੂੰ ਉਹ ਕਹਿੰਦੇ ਵੀ ਬਾਬਾ ਤੂੰ ਇਹ ਕੁਟਿਆ ਛੱਡ ਕੇ ਇੱਥੋਂ ਚਲਿਆ ਜਾ ਪਿੰਡ ਦੇ ਬੰਦੇ ਕੋਈ ਕਹਿੰਦੇ ਦੇਹਲਾ ਉਹ ਕਹਿੰਦਾ ਵੀ ਭਾਈ ਮੈਂ ਤਾਂ ਤੁਹਾਨੂੰ ਕਿਸੇ ਨੂੰ ਦੁੱਖ ਤਕਲੀਫ ਨਹੀਂ ਦਿੱਤਾ ਵੀ ਤੁਸੀਂ ਮੈਂ ਤੁਹਾਨੂੰ ਕੀ ਕਹਿਣਾ ਮੈਂ ਤਾਂ ਆਪਦੀ ਕੁਟਿਆ 'ਚ ਬੈਠਾ ਆਪਾਂ ਹੀ ਮੰਗਦਾ ਆਪਾਂ ਹੀ ਖਾਣਾ ਗਜਾ ਕਰਕੇ ਤੁਹਾਨੂੰ ਤਾਂ ਕੋਈ ਮਾੜਾ ਚੰਗਾ ਬੋਲਿਆ ਨਹੀਂ ਉਹ ਕਹਿੰਦੇ ਜਾਂ ਤੈਨੂੰ ਕਹਿੰਦਾ ਵੀ ਤੂੰ ਇੱਥੋਂ ਕੁਟਿਆ ਛੱਡ ਕੇ ਚਲਿਆ ਜਾ ਆਪਦਾ ਜਿੱਥੇ ਮਰਜ਼ੀ ਹੋਰ ਰਹਿ ਤਾ ਉਹ ਸੰਤਾਂ ਨੇ ਉੱਠ ਕੇ ਜਿਹੜੀ ਉਹਦੀ ਕੁਟਿਆਤੀ ਉਹਦੀਆ ਪ੍ਰਕਰਮਾਂ ਕਰੀਆਂ ਅੱਛਾ ਆਪਦੀ ਕੁਟਿਆ ਦੀਆ ਪ੍ਰਕਰਮਾਂ ਕਰਕੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਪਿੰਡ ਦੇ ਵਿੱਚ ਪਿੰਡ ਦੀ ਜੰਨਕ ਦੇ ਲੈ ਹੈਗਾ ਸੀ ਉਹਨੇ ਪਿੰਡ ਦੇ ਵਾਲੇ ਵਾਲੇ ਪ੍ਰਕਰਮਾਂ ਕਰੀਆਂ ਅੱਛਾ ਪਿੰਡ ਦੇ ਵਾਲੇ ਵਾਲੇ ਪ੍ਰਕਰਮਾਂ ਕਰਕੇ ਉਸੇ ਕੁਟਿਆ ਦੇ ਵਿੱਚ ਵੱਡ ਗਿਆ ਉਹ ਫੇਰ ਜਿਹੜੇ ਬੰਦਿਆਂ ਨੇ ਦੇਖ ਲਾ ਉਹਨੂੰ ਕਿਹਾ ਸੀ ਵੀ ਇੱਥੇ ਕੁਟਿਆ ਛੱਡ ਕੇ ਚੱਲ ਜਾ ਉਹਨਾਂ ਕਣੀ ਦੋਨ ਨੂੰ ਹੱਥੇ ਜੋੜ ਕੇ ਫਿਰ ਉਹ ਕਹਿਣ ਲੱਗਾ ਵੀ ਮੈਂ ਤਾਂ ਇੱਥੋਂ ਚਲਾ ਜਾਣਾ ਕੁਟੀਆਂ ਛੱਡ ਕੇ ਅੱਜ ਤੋਂ ਬਾਅਦ ਸੱਚਵਾਰਾ ਪਾ ਕੇ ਵਿੱਚ ਕਹਿੰਦਾ ਲਤਨ ਛੜ ਕੇ ਤੁਸੀਂ ਵੀ ਨਹੀਂ ਸੋਵੋਗੇ ਅੱਛਾ ਇੰਨੀ ਗੱਲ ਕਹਿ ਕੇ ਨਾ ਸਾਧ ਦੇਖਿਆ ਨਾ ਉਹਦੀ ਕੁਟੀਆਂ ਦਾ ਪਤਾ ਲੱਗਾ ਵੀ ਕਿੱਧਰ ਨੂੰ ਚਲੇਗਾ ਕਿੱਧਰ ਨੂੰ ਨਾ ਇਹ ਕਿੰਨੀ ਕੇ ਸਾਲ ਪੁਰਾਣੀ ਗੱਲ ਹੈ ਇਹ ਤਾਂ ਜੀ ਇਹ ਤਾਂ ਜੀ ਇੰਨਾ ਤੇ ਅਸੀਂ ਨਹੀਂ ਕਹਿ ਸਕਦੇ ਵੀ ਜਣੀ ਅਸੀਂ ਉਹਦੇ ਮੂੰਹੋਂ ਬਾਬੇ ਦੇ ਮੂੰਹੋਂ ਦੀ ਗੱਲ ਸੁਣੀ ਹੋਈ ਐ ਅੱਛਾ ਕਿਸੇ ਦੇ ਤਾਂ ਅੱਜ ਮਿੱਤੋਂ ਵੀ ਬੜੀ ਉਮਰ ਦੇ ਹੋਣਗੇ ਜਿਹੜੇ ਐ ਨਾ ਕੋਈ ਇਹ ਗੱਲ ਨਹੀਂ ਸੁਣੀ ਹੋਣੀ ਪਰ ਅਸੀਂ ਨੇ ਕੁਦਰਤੀ ਉਹ ਬਾਬੇ ਕੋਲੇ ਬੈਹਂਦੇ ਉੱਠਦੇ ਤੇ ਜਿਹੜਾ ਉਹ ਸੰਤ ਸੀ ਉਹਨੇ ਸਾਨੂੰ ਅਸੀਂ ਨੇ ਪੁੱਛ ਲਈ ਬਾਬਾ ਤੁਹਾਨੂੰ ਪਤਾ ਹੋਊਗਾ ਵੀ ਕਿਉਂ ਨਹੀਂ ਚਵਾਰਾ ਪੈਂਦਾ ਉਹ ਕਹਿੰਦਾ ਵੀ ਭਈ ਆਹ ਗੱਲ ਮੈਂ ਸੁਣੀ ਐ ਵੀ ਇੱਥੇ ਕੋਈ ਸਾਧੂ ਸੰਤ ਰਹਿੰਦਾ ਸੀ ਉਹ ਚਹਿੰਦਾ ਸ਼ਰਾਫ ਦੇ ਕੇ ਚਹੇ ਲਾ ਲੋ ਵੀ ਕਿਵੇਂ ਹੋ ਜੀ ਕਿਵੇਂ ਨਾ ਦੇ ਮੁੜ ਕੇ ਉਹਨੇ ਬਥੇ ਇੰਨੀ ਗੱਲ ਕਹੀ ਐ ਵੀ ਮੈਂ ਤਾਂ ਚਲੇ ਜਾਣਾ ਵੀ ਚਵਾਰਾ ਪਾ ਕੇ ਲਤਨ ਸੜ ਕੇ ਤੁਸੀਂ ਵੀ ਨਹੀਂ ਇੱਥੇ ਸੋਵੋਗੇ ਇੰਨੀ ਗੱਲ ਕਹਿ ਕੇ ਨਾ ਫਰਸਾ ਦੂ ਸੰਤ ਦੇਖਿਆ ਕੁਛ ਨਹੀਂ ਦਿਖਿਆ ਇਹਗਾ ਜੀ ਬੱਬਾ ਜੀ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਪਿੰਡ ਚ ਚਵਾਰਾ ਪਾਉਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਐ ਪਹਿਲਾਂ ਹਾਂ ਉਹਰੇ ਪਾਇਆ ਤੀ ਉਹ ਜਿਹੜਾ ਆਪਣਾ ਸੰਭਣਿਆ ਦੇਖੋ ਉਹਦੇ ਤੇ ਚਵਾਰਾ ਪਾਇਆ ਹਤਿ ਉਹਨਾਂ ਦਾ ਮਰਿਆ ਘਰ ਖਾ ਚਿਰ ਰਿਹਾ ਹੋਊਗਾ ਹਰ ਦਿਮੇ ਮੀ ਸਾਲ ਦੀ ਗੱਲ ਆ ਨਹੀਂ ਉਹਨਾਂ ਦਾ ਮਾਂ ਪਾਕੇ ਚਬਾਰਾ ਰੱਖਿਆ ਖਾ ਕਈ ਸਾਲ ਰਿਹਾ ਸਾਲ ਦੋ ਸਾਲ ਪਹਿਲਾਂ ਇਹਨਾਂ ਦਾ ਇੱਕ ਬਾਹਰਤੀ ਆਪਦੀ ਪੇੜੀ ਚ ਉੱਤੇ ਮਹਾਰਾਜ ਦੀ ਬੀੜ ਵੀ ਰੱਖੀ ਹੋਈ ਸੀ ਉਹ ਵੀ ਇਹਨਾਂ ਨੇ ਉਠਾਉਣਾ ਪੈ ਗਿਆ ਕੀ ਕੀ ਕਾਰਨ ਹੋਇਆ ਢਾਉਣ ਨੂੰ ਉਹਦਾ ਜੀ ਮੁੰਡਾ ਸੀ ਉਹਦਾ ਦੋ ਤੋਂ ਛੋਟਾ ਤੇ ਮੁੰਡੇ ਤੇ ਉਹ ਜ਼ਿਮੀਦਾਰ ਤੇ ਉਹਨਾਂ ਤੋਂ ਲੱਖਾ ਤੇ ਉਹਦੇ ਨਾਲ ਮੁੰਡੇ ਦੇ ਜਿਹੜਾ ਸੰਤੋਖ ਤੋਂ ਛੋਟਾ ਸੀ ਹਾਂ ਉਹ ਉਹ ਮਰਿਆ ਉਹ ਮਰਨ ਕਾਰਨ ਫਿਰ ਇਹਨਾਂ ਨੇ ਇਹ ਵੀ ਰੇਵੀ ਪਾਲਿਆ ਸੀ ਚਵਾਰਾ ਜਿਹੜੀ ਇਕੱਠੀ ਪਈ ਤੇ ਜਿਹੜਾ ਪਿੰਡ ਵਾਲਾ ਬੀਤੀ ਉਹਦਾ ਵੀ ਫਿਰ ਜਿੱਥੇ ਕਿਸੇ ਨੂੰ ਪੁੱਛਦੇ ਗਣਦੇ ਤੇ ਵੀ ਦੇਖ ਲੈ ਉਹਨੂੰ ਇਹੀ ਗੱਲਾ ਲੱਗਦਾ ਦੀ ਪਈ ਜਿਹੜਾ ਛੋਡੇ ਚਵਾਰਾ ਤੁਸੀਂ ਚਵਾਰਾ ਢਾ ਦੋ ਤਾਂ ਛੋਡੇ ਘਰੇ ਬੱਚੇ ਦਾ ਮਾੜਾ ਮੋਟਾ ਜਨਮ ਹੋਊਗਾ ਫਿਰ ਇਹਨਾਂ ਨੂੰ ਜਗਤਾਰ ਸਿੰਘ ਦਾ ਮੁੰਡਾ ਦਾ ਨਾਂ ਸੰਤੋਖ ਦਾ ਮੁੰਡਾ ਫਿਰ ਉਹਨਾਂ ਨੇ ਕਰ ਹਟਾਉਣਾ ਪੈ ਗਿਆ ਚਵਾਰਾ ਜਿੰਨਾ ਤੇ ਬਟਾ ਟਪਟਾ ਸਾਰਾ ਉਹਨਾਂ ਨੂੰ ਗੁਰੂ ਘਰ ਪਚਾਉਣਾ ਪੈ ਗਿਆ ਗੁਰੂ ਘਰ ਪਚਾ ਕੇ ਫਿਰ ਉਸ ਤੋਂ ਬਾਅਦ ਉਹਦੇ ਮੁੰਡਾ ਹੋਇਆ ਬੜੇ ਦੇ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਭਰਾ ਛੋਟਾ ਸੀ ਫਿਰ ਉਹਦੇ ਛੋਟੇ ਭਰਾ ਦੇ ਬੱਚਾ ਹੋਇਆ ਅੱਜ ਉਹਨਾਂ ਦੇ ਦੋਏ ਭਾਈਆਂ ਦੇ ਦੋ ਇੱਕ ਇੱਕ ਮੁੰਡਾ ਹੈ ਜਦੋਂ ਆਪਾਂ ਪਹਿਲਾਂ ਗੱਲ ਕਰ ਰਹੀ ਸੀ ਇੰਟਰਵਿਊ ਚ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਗੱਲ ਦੱਸ ਰਹੇ ਸੀ ਕਿ ਉਹਨਾਂ ਨੇ ਪੱਥਰ ਲਿਆਂਦਾ ਜਦੋਂ ਪੱਥਰ ਲਿਆਂਦਾ ਹਾਂ ਹੋਰ ਲੈ ਉਹ ਦੂਬਾ ਉਹ ਬਾਹ ਦੀ ਗੱਲ ਹੈ ਉਹ ਗੱਲ ਵੀ ਜ਼ਰੂਰ ਦੱਸੋ 20 ਸਾਲਾਂ ਦੀ ਗੱਲ ਤਾਂ ਉਹ 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 ਤਾਂ ਹਾਂ ਉਹਨੂੰ ਤਾਂ ਉਹ ਗੱਲਿੰਦਾ 20 ਸਾਲ ਹੋੰਦਾ ਕਿਹੜਾ ਹੋ ਗਿਆ ਹੋਊਗਾ ਦੱਸੋ ਉਹਨਾਂ ਨੇ ਜੀ ਚਿਬਾਰਾ ਪਾਉਣ ਦੀਆਂ ਤਿਆਰੀਆਂ ਇੱਥੀਆਂ ਪਾਲੇ ਚਿਬਾਰਾ ਪਾਲੇ ਦੀ ਹੋਰ ਕਰ ਸੀ ਕੋਈ ਹਾਂ ਉਹਦੇ ਨਾਲ ਹੀ ਸੀ ਉਰਲੀ ਸਾਈਡ ਆ ਉਹ ਜਿਆਦਾ ਉਹਨਾਂ ਨੇ ਉੱਤੇ ਜਿਹੜੀ ਮਤਲਬ ਆਪਣੇ ਇਹੋ ਨਹੀਂ ਹੁੰਦਾ ਬੌੜਸਾਲ ਬੌੜੀ ਦੇ ਉੱਤੇ ਚਿਬਾਰਾ ਪਾਇਆ ਹੋਇਆ ਸੀ ਛੋਟਾ ਜਿਹਾ ਮਤਲਬ 7 ਮੰਗੋ 2 ਸੱਤਾ ਗਈ 2 ਸੱਤਾ ਮਤਲਬ ਪੈਂਦੀ ਨਹੀਂ ਹਾਂ ਉਹ ਵੀ ਫਿਰ ਉਹਨਾਂ ਨੂੰ ਢਾਉਣੀ ਪੈਗੀ ਨਹੀਂ ਤੁਸੀਂ ਕਹਿੰਦੇ ਵੀ ਸੀ ਉਹਦੀ ਮੌਤ ਵੀ ਹੋਈ ਹੈ ਜਦੋਂ ਪੱਥਰ ਲਿਆਂਦਾ ਉਹ ਗੱਲ ਵੀ ਦੱਸੋ ਉਹੀ ਗੱਲ ਹੈ ਉਹ ਉਹਦੇ ਬਿਉਂਤਾਂ ਕਰ ਰਹੇ تھے ਤਿਆਰੀਆਂ ਕਰ ਰਹੇ ਤੇ ਵੀ ਆਪਾਂ ਫਿਰ ਚਵਾਰਾ ਪਾਵਾਂਗੇ ਚਲ ਉਸ ਤੋਂ ਬਾਅਦ ਫਿਰ ਉਹ ਮੁੰਡਾ ਉਹ ਉਹਦੇ ਗੱਡੀ ਉਹ ਸਾਹਮਣੇ ਕੋਠੀ ਦਾ ਉੱਥੇ ਖੜੀ ਸੀ ਸਾਹਮਣੇ ਕੋਠੀ ਮੂਰੇ ਉਹ ਚਵਾਰੇ ਦੇ ਸਮਾਨ ਲੈ ਕੇ ਤੇ ਵੀ ਚਵਾਰਾ ਪਾਵਾਂਗੇ ਚਲੋ ਕਿਹੜਾ ਕੀ ਹੋਣਾ ਵੀ ਉਹ ਪੱਥਰ ਦੇ ਵਿੱਚੇ ਘੁੱਟ ਕੇ ਮਰ ਗਿਆ ਸੀ ਨੌਜਵਾਨ ਸੀ ਮੁੰਡਾ ਦਰਦਰਸ਼ਨ ਸਿੰਘ ਜੀ ਜਿਹਨੇ ਪਾਉਣਾ ਸੀ ਇਹ ਚਵਰਾ ਉਹ ਪੱਥਰ ਦੇ نیچے दब ਕੇ ਮਰ ਗਿਆ ਉਹ ਹਾਂ ਉਹ ਪੱਥਰ ਦੇ نیچے ਆ ਵਿਚਾਂ ਕੇ ਮਰ ਗਿਆ ਤੁਹਾਨੂੰ ਪਤਾ ਹੋ ਬਾਕੀ ਪੁਰਾਣੇ ਮਜੁਰਗਨ ਪਤਾ ਵੀ ਕੀ ਕੋਈ ਨਹੀਂ ਪੈਂਦਾ ਕੋਈ ਨਹੀਂ ਠੀਕ ਹੈ ਨਹੀਂ ਬਾਬਾ ਜੀ ਕਿਸੇ ਨੇ ਕੋਈ ਅੜੀ ਵੀ ਕੀਤੀ ਹੈ ਕਿ ਮੈਂ ਚਵਰਾ ਪਾਉਂਗਾ ਕਿਸੇ ਨੇ ਅੜੀ ਕਰਕੇ ਆਇਆ ਪਾਇਆ ਹੋਵੇ ਨਾ ਐ ਨਹੀਂ ਕਿਸੇ ਨੇ ਉਹ ਕਰਿਆ ਜਣੀ ਆਪਦੇ ਖੁਸ਼ ਲਭਤੀ ਤੇ ਹੀ ਬੰਦਾ ਅਗਲਾ ਕਰਦਾ ਸੀ ਆ ਵੀ ਆਪਾਂ ਚਵਰਾ ਪਾਉਣਾ ਹੈ ਜਦੋਂ ਇਹਨੇ ਪਾਉਣ ਦੀ ਤਿਆਰੀ ਕਰਨੀ ਹੈ ਉਹਦਾ ਕੋਈ ਨਾ ਕੋਈ ਬਿਲਕੁਲ ਨੁਕਸਾਨ ਹੋ ਜਾਂਦਾ ਹੈ ਕਿਹੜਾ ਕਿਹੜਾ ਨੁਕਸਾਨ ਹੋ ਜਾਂਦਾ ਹੈ ਜਦ ਤੱਕ ਕਿਸੇ ਦੀ ਮੌਤ ਹੁੰਦੀ ਹੈ ਹੋਰ ਹਾਂ ਮੌਤ ਹੀ ਹੁੰਦੀ ਹੈ ਜੀ ਪੱਕੀ ਮੌਤ ਹੀ ਹੁੰਦੀ ਹੈ ਹਾਂ ਜਿਹੜਾ ਆਪਦਾ ਪਿੰਡ ਦਾ ਮੁਖੀ ਲਾਲਾ ਪਿੰਡ ਦਾ ਆਪਦਾ ਘਰ ਦਾ ਵਾ ਮੁਖੀ ਹੁੰਦਾ ਜਿਹੜਾ ਇਹ ਉਹਦੀ ਹੁਣੀ ਆ ਕਿਸੇ ਜਵਾਕ ਦੀ ਹੁਣੀ ਹੈ ਬਸ ਉਹ ਮੌਤ ਜ਼ਰੂਰ ਹੁੰਦੀ ਹੈ ਹਾਂ ਜ਼ਰੂਰ ਹੁੰਦੀ ਹੈ ਫਿਰ ਇਹਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਅਖੰਡ ਪਟ ਸਾਹਿਬ ਪ੍ਰਕਾਸ਼ ਕਰਾਇਆ ਗਿਆ ਹੋਵੇ ਜਾਂ ਕੋਈ ਹੋ ਪ੍ਰਗਾਸ਼ ਦਾ ਮਹਾਰਾਜ ਦੇ ਦਾ ਖੰਡਾਪੜਾ ਦਾ ਕਰਾਉਂਦੇ ਹੀ ਅਗਲਾ ਪਰ ਇਹ ਚੀਜ਼ ਦਾ ਨਹੀਂ ਅਜੇ ਤੱਕ ਪਤਾ ਲੱਗਿਆ ਹੈਗਾ ਵੀ ਕਾਰਨ ਕੀ ਹੈ ਇਹ ਪਿੰਡ ਚ ਕੋਸ਼ਿਸ਼ ਵੀ ਕਿਸੇ ਨੇ ਉਦੋਂ ਬਾਅਦ ਕੀਤੀ ਨਹੀਂ 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 ਜਿਹੜਾ ਨੇ ਕਰੀ ਹੋਈ ਸੀ ਉਹ ਵੀ ਸਮਟਾਤਾ ਹੁਣ ਵੀ ਅਗਲਾ ਇਹ ਕਹਿੰਦੇ ਵੀ ਆਪਾਂ ਹੇਟਾਂ ਬੇਸ਼ੱਕ ਪਾ ਲਈਏ ਪਰ ਉੱਤੇ ਨਹੀਂ ਪਾਉਣਾ ਜਵਾਰਾ ਨਹੀਂ ਪਾਉਣਾ ਹਾਂ ਇੱਥੇ ਤੱਕ ਹਰ ਕੰਮ ਦੀ ਦਿਓ ਸੋਚ ਹੋਊਗੀ ਕੋਈ ਇਹ ਜੀ ਹੋਰ ਗੱਲ ਇਹ ਜਿਹਦੇ ਵਿੱਚ ਇਹ ਗੱਲ ਦਾ ਖਲਾਸਾ ਹੁੰਦਾ ਹੋਵੇ ਵੀ ਇੱਥੇ ਚਵਾਰਾ ਬਿਲਕੁਲ ਨਹੀਂ ਪੈ ਸਕਦਾ ਤੁਸੀਂ ਪਿਛੇ ਇੱਕ ਨਾਲ ਪਿੰਡ ਦੀ ਵੀ ਗੱਲ ਕਰ ਰਹੇ ਸੀ ਖੇੜੀ ਪਿੰਡ ਮੁਸਲਮਾਨੀ ਖੇੜੀ ਉੱਥੇ ਵੀ ਦੱਸ ਦੇਣੀ ਵੀ ਉੱਥੇ ਵੀ ਨੁਕਸਾਨ ਹੀ ਹੁੰਦਾ ਇੱਕ ਬੰਦੇ ਨੇ ਠਾਣੇਦਾਰ ਠਾਣੇਦਾਰ ਤੇ ਸੱਜਣ ਸੋ ਅਰ ਉਹਦੀ ਵੀ ਮੌਤ ਹੋ ਗਈ ਪਹਿਲਾਂ ਉਹਦੇ ਦੋ ਮੁੰਡੇ ਮਰੇ ਤੇ ਬਾਅਦ ਦੇ ਵਿੱਚ ਉਹ ਵੀ ਮਰ ਗਿਆ ਉਹਨੇ ਵੀ ਚਵਾਰਾ ਪਾਉਣ ਦੀ ਕੋਸ਼ਿਸ਼ ਕੀਤੀ ਪਾ ਲਿਆ ਸੀ ਉਹਨੇ ਵੀ ਪਾ ਲਿਆ ਸੀ ਅੱਛਾ ਫਿਰ ਚਵਾਰਾ ਟਾ ਫਿਰ ਚਵਾਰਾ ਟਾ ਆ ਉਹਦਾ ਪਟਿਆਲੇ ਬਾਗੇ ਦੀ ਛੱਡ ਕੇ ਸਭ ਕੁਝ ਅੱਛਾ ਯਾਨੀ ਕਿ ਉੱਜੜ ਗਿਆ ਸਭ ਕੁਝ ਹਾਂ ਹਾਂ ਠੀਕ ਹੈ ਬਾਬਾ ਜੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਜਾਣਕਾਰੀ ਦਿੱਤੀ ਤੁਸੀਂ ਇਸ ਪਿੰਡ ਨੂੰ ਲੈ ਕੇ ਧੰਨਵਾਦ ਧੰਨਵਾਦ ਬਈ ਸੋ ਐਸੀ ਸਾਡੇ ਨਾਲ ਪਿੰਡ ਦੇ ਵਸਨੀਕ ਜਿਨ੍ਹਾਂ ਨੇ ਪਿੰਡ ਦਾ ਇਤਿਹਾਸ ਦੱਸਿਆ ਕਿ ਚਵਾਰਾ ਕਿਉਂ ਨਹੀਂ ਪੈਂਦਾ ਤੇ ਜਦੋਂ ਚਵਾਰਾ ਪੈ ਜਾਂਦਾ ਹੈ ਤਾਂ ਕੀ ਕੀ ਉਸ ਘਰ ਦੇ ਮੁਖੀ ਨਾਲ ਹੁੰਦਾ ਇਹ ਗੱਲ ਦਾ ਖੁਲਾਸਾ ਇਹਨਾਂ ਨੇ ਕੀਤਾ ਜਿਵੇਂ ਕਿ ਇਹਨਾਂ ਨੇ ਆਖਿਆ ਕਿ ਅਸੀਂ ਪਿੱਛੇ ਇੱਕ ਸਾਧੂ ਬਜ਼ੁਰਗ ਸੀ 110 10 20 ਸਾਲ ਦੇ ਹੋ ਕੇ ਉਹ ਪੂਰੇ ਹੋਏ ਤੇ ਉਹਨਾਂ ਤੋਂ ਅਸੀਂ ਜਾਣਕਾਰੀ ਲਈ ਤੇ ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਹੈ ਤੇ ਪਿੰਡ ਦੀ ਤੁਹਾਨੂੰ ਅਸਲ ਨਿਹਾਰ ਜਿਵੇਂ ਤੁਹਾਨੂੰ ਦਿਖਾਈ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਚੁਬਾਰਾ ਨਹੀਂ ਹੈ ਪਿੰਡ ਦੇ ਵਿੱਚ ਕੋਠੀ ਤਾਂ ਪੈ ਜਾਂਦੇ ਪਰ ਉਹਦੇ ਉੱਤੇ ਕੋਈ ਵੀ ਚੁਬਾਰਾ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ ਜੁੜੇ ਰਹੋ ਸਰਖਾਬ ਟੀਵੀ ਦੇ ਨਾਲ ਮੈਨੂੰ ਮਨੀ ਪਰਵੇਜ਼ ਨੂੰ ਦੇ ਉਜਾਜ਼ਾ ਧੰਨਵਾਦ